ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ NRI TV ਤੇ ਮੈਂ ਕਮਲਪ੍ਰੀਤ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅਸੀਂ ਉਸ ਮੁਕੱਦਸ ਧਰਤੀ 'ਤੇ ਔਰ ਦੇਸ਼ ਅੰਦਰੋਂ ਪਰਤੇ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਜੋ ਮਹਾਨ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਚੱਲੇ ਸੀ ਉਹ ਹੁਣੇ ਹੁਣੇ ਇਸ ਵਾਹਗਾ ਬਾਰਡਰ 'ਤੇ ਪਹੁੰਚੇ ਆ। ਆਹ ਤੁਸੀਂ ਜੋ ਦੇਖ ਰਹੇ ਜੇ ਤਸਵੀਰਾਂ, ਮੈਂ ਤੁਹਾਨੂੰ ਦਿਖਾਉਣਾ ਹੈ ਕਿ ਸਾਹਮਣੇ ਇਸ ਤਰੀਕੇ ਨਾਲ ਬਹੁਤ ਵੱਡੇ ਇੰਤਜ਼ਾਮ ਕੀਤੇ ਗਏ ਨੇ ਸਵਾਗਤਾਂ ਦੇ। ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਸਵਾਗਤ ਕਰਨ ਵਾਸਤੇ ਗੁਰੂ ਸਾਹਿਬ ਦੇ ਆਗਮਨ ਦੇ ਖੁਸ਼ ਅੰਦਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਆਪਣੀ ਪਾਲਕੀ ਸੁਸ਼ੋਭਿਤ ਹੋ ਕੇ ਪਹੁੰਚ ਰਹੇ ਨੇ। ਦੇਖੋ ਇਹ ਸਰਕਾਰ ਵੱਲੋਂ ਰੈੱਡ ਕਾਰਪੈਟ ਔਰ ਸਾਰੀਆਂ ਸੰਗਤਾਂ, ਸਿੱਖ ਜਥੇਬੰਦੀਆਂ ਸਾਰੀਆਂ ਇੱਥੇ ਬਾਰਡਰ 'ਤੇ ਪਹੁੰਚੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਨੂੰ। ਬੜੇ ਭਾਗਾਂ ਵਾਲੇ ਜੀ ਨੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੀ ਸੋਹਣੀ ਪਾਲਕੀ 'ਚ ਸੁਸ਼ੋਭਿਤ ਹੋ ਕੇ ਸਵਾਰ ਹੋ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਇਸ ਮੁਕੱਦਸ ਧਰਤੀ ਤੋਂ ਇਹ ਸਾਰੀਆਂ ਸੰਗਤਾਂ ਇਹ ਗੱਡੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਗੁਰੂ ਸਾਹਿਬ ਦੀ ਸਵਾਰੀ ਦੀਆਂ। ਇਹ ਤੁਸੀਂ ਨਜ਼ਾਰਾ ਜੋ ਦੇਖ ਰਹੇ ਜੇ ਇਹ ਪਾਕਿਸਤਾਨ ਦੇ ਵੱਲੋਂ ਇਹ ਸਾਹਮਣੇ ਤੁਸੀਂ ਆਉਂਦੀਆਂ ਜਿਹੜੀਆਂ ਗੱਡੀਆਂ ਦੇਖ ਰਹੇ ਜੇ ਇਹ ਗੁਰੂ ਸਾਹਿਬ ਦੀ ਸਵਾਰੀ ਦੀਆਂ ਅੱਗੇ ਪ੍ਰੋਟੋਕੋਲ ਦੀਆਂ ਗੱਡੀਆਂ ਗੁਰੂ ਸਾਹਿਬ ਨੂੰ ਆਹ ਸਵਾਰੀ ਗੁਰੂ ਸਾਹਿਬ ਦੀ ਤੁਸੀਂ ਦਰਸ਼ਨ ਸ਼ਾਇਦ ਕਰ ਪਾ ਰਹੇ ਜੇ। ਇਹ ਗੁਰੂ ਸਾਹਿਬ ਦੀ ਮੈਂ ਤੁਹਾਨੂੰ ਜ਼ੂਮ ਕਰਕੇ ਉਸ ਗੁਰੂ ਸਾਹਿਬ ਦੀ ਸਵਾਰੀ ਦਾ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਮੈਂ ਸਫਲ ਹੋ ਪਾਇਆ ਤਾਂ। ਆਹ ਗੁਰੂ ਸਾਹਿਬ ਦੀ ਸਵਾਰੀ, ਆਹ ਗੁਰੂ ਸਾਹਿਬ ਦੀ ਸਵਾਰੀ, ਆਹ ਦਰਸ਼ਨ ਕਰ ਰਹੇ ਜੇ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਦੇ। ਆਹ ਗੁਰੂ ਸਾਹਿਬ ਦੀ ਸਵਾਰੀ ਹੁਣੇ ਅੰਦਰ ਐਂਟਰ ਕੀਤੀ ਆ ਔਰ ਹੁਣ ਇਹ ਗੁਰੂ ਸਾਹਿਬ ਦੀ ਸਵਾਰੀ ਇੱਥੇ ਬਾਰਡਰ 'ਤੇ ਪਹੁੰਚੂਗੀ ਜਿੱਥੇ ਸਾਰੀਆਂ ਸੰਗਤਾਂ ਨੇ ਉਹਨਾਂ ਨੂੰ ਨਮਸਕਾਰ ਕਰਨਾ ਹੈ, ਸਜਦਾ ਕਰਨਾ ਹੈ। ਔਰ ਆਹ ਪਿੱਛੋਂ ਦਾ ਮਾਹੌਲ ਆ, ਮੈਂ ਤੁਹਾਨੂੰ ਇੱਧਰ ਦਾ ਮਾਹੌਲ ਵੀ ਦਿਖਾਉਣਾ ਹੈ। ਇੱਥੇ ਵੀ ਸੰਗਤਾਂ ਬਹੁਤ ਵੱਡੇ ਪੱਧਰ 'ਤੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਇਹ ਸਵਾਗਤੀ ਦੁਆਰ ਬਣਾਇਆ ਗਿਆ ਹੈ। ਆਹ ਸਾਰਾ ਸਵਾਗਤ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਤਰੀਕੇ ਦੋਵਾਂ ਸਰਕਾਰਾਂ ਵੱਲੋਂ। ਔਰ ਇਹ ਪਿੱਛੇ ਆਹ ਦੇਖੋ ਉਹ ਗੁਰੂ ਸਾਹਿਬ ਦੀ ਸਵਾਰੀ, ਗੁਰੂ ਸਾਹਿਬ ਦੀ ਫੁੱਲਾਂ ਨਾਲ ਸੱਜੀ ਪਾਲਕੀ ਦੇ ਤੁਸੀਂ ਦਰਸ਼ਨ ਕਰੋਗੇ ਹੁਣੇ। ਆਹ ਗੱਡੀ ਸਵਾਰੀ ਗੁਰੂ ਸਾਹਿਬ ਦੀਆਂ, ਇਹ ਜਕਾਰੇ ਆ ਦੇਖੋ ਜੀ, ਸੰਗਤ ਜਕਾਰੇ ਛੱਡ ਜੋ, ਮੈਨੂੰ ਪਤਾ ਨਹੀਂ ਤੁਸੀਂ ਸੁਣ ਪਾ ਰਹੇ ਜੇ ਦੇਖ ਪਾ ਰਹੇ ਜੇ। ਆਹ ਗੁਰੂ ਸਾਹਿਬ ਦੇ ਆਹ ਇੱਕ ਐਸਾ ਨਜ਼ਾਰਾ ਹੈ ਜਿਹੜਾ ਸ਼ਾਇਦ ਕਦੀ ਕਿਸੇ ਨੇ ਆਪਣੀ ਜ਼ਿੰਦਗੀ 'ਚ ਪਹਿਲਾਂ ਨਹੀਂ ਦੇਖਿਆ ਹੋਊਗਾ। ਮੈਂ ਦਾਅਵੇ ਨਾਲ ਕਹਿ ਸਕਦਾ ਹੈ ਐਸਾ ਨਜ਼ਾਰਾ ਜ਼ਿੰਦਗੀ 'ਚ ਪਹਿਲਾਂ ਨਹੀਂ ਦੇਖਿਆ ਗਿਆ ਹੋਊਗਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਨਕਾਣਾ ਸਾਹਿਬ ਦੀ ਧਰਤੀ ਤੋਂ ਇੱਧਰ ਨੂੰ ਆ ਰਹੇ ਨੇ। ਇਹ ਜੋ ਤੁਸੀਂ ਅੱਜ ਸਮਾਂ ਦੇਖ ਰਹੇ ਜੇ ਖਾਲਸਾ ਜੀ, ਤੁਹਾਨੂੰ ਹੁਣੇ ਜਦੋਂ 600 ਸਾਲਾਂ ਮਨਾਵਾਂਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ, ਉਦੋਂ ਤੁਹਾਨੂੰ ਇਹ ਸਵਾਗਤ ਸਮਾਂ ਨਸੀਬ ਹੋਣਾ ਹੈ। ਔਰ ਆਪਾਂ ਬੜੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇਹ ਸਮਾਂ ਨਸੀਬ ਹੋ ਰਿਹਾ ਹੈ। ਆਹ ਦੇਖੋ ਕਿਤਨਾ ਹਜੂਮ ਗੁਰੂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਇੱਥੇ ਪਹੁੰਚੀਆਂ ਨੇ। ਇਹ ਆਜ਼ਾਦੀ ਤੋਂ ਬਾਅਦ 72 ਸਾਲਾਂ ਬਾਅਦ ਇਹ ਪਹਿਲੀ ਵਾਰ ਐਸਾ ਮੌਕਾ ਆ ਰਿਹਾ ਹੈ ਜਦੋਂ ਪਾਕਿਸਤਾਨ ਤੋਂ ਪ੍ਰਕਾਸ਼ ਪੁਰਬ ਹੁੰਦੇ ਹੋਏ, ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਨਗਰ ਕੀਰਤਨ ਹੁੰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਸ਼ੋਭਿਤ ਹੋ ਕੇ ਆਪਣੀ ਸਵਾਰੀ ਅੰਦਰ ਪਾ ਰਹੇ ਨੇ। ਇਹ 72 ਸਾਲਾਂ 'ਚ ਸ਼ਾਇਦ ਪਹਿਲੀ ਵਾਰ ਮੌਕਾ ਆ ਰਿਹਾ ਹੈ ਔਰ ਇਸ ਮੌਕੇ ਦੀ ਇੰਤਜ਼ਾਰ 'ਚ ਸਾਡੇ ਵਰਗੇ ਹਜ਼ਾਰਾਂ ਜੀ ਹਜ਼ਾਰਾਂ ਰੂਹਾਂ ਨੇ ਜਿਹੜੀਆਂ ਤੜਪ ਰਹੀਆਂ ਸੀਗੀਆਂ ਇਹ ਸੁਨਹਿਰੀ ਮੌਕੇ ਵਾਸਤੇ। ਅੱਜ ਸਾਰੇ ਹੀ ਸੰਤ ਸਮਾਜ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅੰਦਰ, ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਕਮੇਟੀ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਕਮੇਟੀ, ਇਹ ਪਾਕਿਸਤਾਨ ਦੇ ਰੇਂਜਰ ਨੇ, ਇਹਨਾਂ ਨੇ ਬੜਾ ਸਾਡਾ ਉੱਥੇ ਮਾਣ, ਇਹਨਾਂ ਨੇ ਇਹਨਾਂ ਦੇ ਲੋਕਾਂ ਨੇ ਉੱਥੇ ਬਹੁਤ ਆਪਣਾ ਇਮਾਮ ਨੇ, ਉੱਥੋਂ ਦੀ ਜਿਹੜੀ ਪਬਲਿਕ ਸੀਗੀ ਉੱਥੋਂ ਦੇ ਉਹਨਾਂ ਨੇ ਬਹੁਤ ਪਿਆਰ ਗੁਰੂ ਸਾਹਿਬ ਦੇ ਪ੍ਰਤੀ, ਅੱਜ ਜਦੋਂ ਸਵੇਰੇ ਚੱਲੇ ਹਾਂ ਜੋ ਉਹਨਾਂ ਨੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਉਹ ਦੇਖਣ ਵਾਲਾ ਸੀ। ਆਹ ਦੇਖੋ ਆਹ ਗੁਰੂ ਸਾਹਿਬ ਦੀ ਮੈਂ ਤੁਹਾਨੂੰ ਫਿਰ ਦਿਖਾਉਣਾ ਹੈ, ਗੁਰੂ ਸਾਹਿਬ ਦੀ ਇਹ ਪਾਲਕੀ ਸੱਜ ਕੇ
ਸੰਗਤਾਂ ਨਾਲ ਮੈਂ ਜ਼ੂਮ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਫੋਨ ਨੂੰ ਤਾਂ ਕਿ ਮੈਂ ਤੁਹਾਨੂੰ ਉਹ ਨਜ਼ਾਰਾ ਲਾਈਵ ਦਿਖਾ ਸਕਾਂ। ਇਹ ਆਹ ਦੇਖੋ ਖਾਲਸਾ ਜੀ, ਇਸ ਨਜ਼ਾਰੇ ਨੂੰ ਸਾਡੀਆਂ ਅੱਖੀਆਂ ਤਰਸ ਗਈਆਂ ਸੀ। ਆਹ ਦੇਖੋ ਇਹ ਇਤਿਹਾਸ ਦੇ ਅੰਦਰ ਹੋ ਰਿਹਾ, ਪਹਿਲੀ ਵਾਰ ਹੋ ਰਿਹਾ ਹੈ।